ਕੱਲ੍ਹ ਤਾਂ ਜਿਵੇਂ ਕਹਿੰਦੇ ਨੇ ਨਾ, ਉਹ ਜਦੋਂ ਆਏ ਮੈਂ ਦੇਖਣਾ ਚਾਹੁੰਦਾ ਸੀ ਗੁਪਤ ਮੀਟਿੰਗ ਕਰਦੇ ਕੀ ਨੇ, ਸਾਰਾ ਅੱਗੇ ਆ ਗਿਆ ਹਜੂ, ਮੈਂ ਵੀ ਇੱਕ ਦਿਨ ਬਾਹਰ ਹੋ ਜਾਓ, ਅਸੀਂ ਗੱਲ ਕਰਨੀ ਹੈ, ਬਸ ਸੁਣਨਾ ਚਾਹੁੰਦਾ ਸੀ ਕੀ ਗੱਲ ਹੈ। ਅਤੇ ਉਸ ਤੋਂ ਬਾਅਦ ਵੜਿੰਗ ਨੇ ਵੀ ਕਹਿ ਤਾ ਵੀ ਹਾਂ ਬਾਹਰ ਹੋ ਜਾਓ ਭਾਈ, ਵੜਿੰਗ ਸਾਹਿਬ ਨੇ ਵੀ ਕਿਹਾ ਬਾਹਰ ਹੋ ਜਾਓ ਭਾਈ। ਉਸ ਤੋਂ ਬਾਅਦ ਜਦੋਂ ਚਲੇ ਗਏ ਬਾਹਰ, ਪੂਰੇ ਵੜਿੰਗ ਸਾਹਿਬ ਬੈਠੇ ਨੇ, ਇੱਧਰ ਮਨੋਜ ਵਾਲਾ ਖੜ੍ਹੇ ਨੇ, ਇੱਧਰ ਭੱਟੀ ਮੈਡਮ ਬੈਠੇ ਨੇ, ਉੱਧਰ ਮੰਗਦਰਾ ਬਾਂਸਲ ਖੜ੍ਹੇ ਨੇ, ਉੱਥੇ ਉਹਨਾਂ ਦਾ ਇੱਕ ਸਿਕਿਉਰਿਟੀ ਗਾਰਡ ਗਨਮੈਨ ਖੜ੍ਹਾ। ਮੈਂ ਵੜਿੰਗ ਸਾਹਿਬ ਸਤਿ ਸ਼੍ਰੀ ਅਕਾਲ, ਕਹਿੰਦਾ ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਕਿਹਾ ਪਛਾਣ ਲਿਆ, ਕਹਿੰਦਾ ਹਾਂ, ਮੈਂ ਕਿਹਾ ਜੀ ਤੁਹਾਡੇ ਯਾਦ ਹੈ 2017 'ਚ ਜਦੋਂ ਮੈਂ ਕਿਹਾ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ 2016 ਦੇ 'ਚ ਜਦੋਂ ਅਸੀਂ ਆਏ ਰਾਮਲਾ ਗਰਾਊਂਡ ਦੇ ਵਿੱਚ ਪੰਜਾਬ ਸਰਕਾਰ ਦੇ ਲਈ ਪ੍ਰਚਾਰ ਕਰਨ ਆਏ ਸੀ, ਉਦੋਂ ਸਾਰੇ ਸ਼ਹਿਰ ਦੇ ਵਿੱਚ ਮੈਂ ਇਹਨਾਂ ਦੇ ਅੱਗੇ ਬੋਲਿਆ ਸੀਗਾ, ਸਾਰੇ ਸ਼ਹਿਰ ਨੇ ਤਾੜੀਆਂ ਪਾਈਆਂ, ਇਹਨਾਂ ਨੇ ਆਪਣੇ ਆਪ 'ਤੇ ਬੇਇੱਜ਼ਤੀ ਫੀਲ ਕੀਤੀ, ਗਿਲਟੀ ਫੀਲ ਕੀਤੀ, ਮੈਂ ਵੜਿੰਗ ਸਾਹਿਬ ਤੁਸੀਂ ਆਏ ਹੋ ਸਾਡੇ ਸ਼ਹਿਰ ਨੂੰ ਕੀ ਸਹੂਲਤ ਦਿਓਗੇ, ਕੀ ਉਰੇ ਇੰਡਸਟਰੀ ਲੱਗੂਗੀ। ਉਦੋਂ ਇਹ ਗੱਲ ਉਸ ਦਿਨ ਦੀ ਵੀਡੀਓ ਕੱਢ ਕੇ ਦੇਖ ਲਓ, ਜਿਹਨੇ ਲਾਈਵ ਚਲਾਇਆ ਮੀਡੀਆ ਵਾਲਿਆਂ ਕੋਲ ਜੇ ਪਈ ਹੋ ਵੀਡੀਓ, ਕਹਿੰਦੇ ਹਾਂ ਇੰਡਸਟਰੀ ਲੱਗੂ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੂ, ਗਰੀਬਾਂ ਦੇ ਮਕਾਨ ਬਣਾਏ ਜਾਣਗੇ, ਇਹ ਮੈਨੇ ਮੰਗ ਰੱਖੀ ਸੀ। ਉਦੋਂ ਬਾਅਦ ਉਹ ਚਲਾ ਗਿਆ, ਉਸ ਤੋਂ ਬਾਅਦ ਕੀ ਹੁੰਦਾ ਜੀ 2017 ਉਹ ਚਲਾ ਗਿਆ, ਫਿਰ ਉਸ ਤੋਂ ਬਾਅਦ ਮੈਂ ਵੜਿੰਗ ਸਾਹਿਬ ਨਾਲ ਤੁਹਾਡਾ ਐਂ ਦਾ ਸਤਿਕਾਰ ਕਰਦਾ ਜੀ ਐਂ ਕਹਿੰਦਾ ਕਿ ਇੰਡਸਟਰੀ ਲੱਗੂ, ਮੈਂ ਕਿਹਾ ਮੈਂ ਅੱਜ ਵੀ ਉਸ ਗੱਲ 'ਤੇ ਖੜ੍ਹਾਂ, ਕਹਿੰਦੇ ਹਾਂਜੀ ਲੱਗੂਗੀ। ਅਤੇ ਉਸ ਤੋਂ ਬਾਅਦ ਕਹਿੰਦੇ ਟਿੰਕੂ ਲੇਟ ਹਾਂ ਆਪਾਂ, ਚੱਲ ਜਲਦੀ ਚੱਲ। ਉਸ ਤੋਂ ਬਾਅਦ ਕੀ ਹੁੰਦਾ, ਮੈਡਮ ਭੱਟੀ ਆਉਂਦੇ ਨੇ, ਮੈਨੂੰ ਹੱਥ 'ਚ ਪੈਸੇ ਫੜਾ ਦਿੰਦੇ ਨੇ, ਕਹਿੰਦੇ ਰੱਖ ਲੈ। ਉਸ ਤੋਂ ਬਾਅਦ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਲੈਂਦਾ। ਮੈਡਮ ਮਨੋਜ ਵਾਲਾ ਕਹਿੰਦੇ ਨੇ ਵੀ ਰੱਖ ਲੈ ਰੱਖ ਲੈ, ਕੈਪਟਨ ਸਾਹਿਬ ਦਾ ਤੋਹਫਾ ਸਮਝ, ਰੱਖ ਲੈ ਪੂਰੇ 50 ਨੇ। ਮੈਂ ਨਹੀਂ ਜੀ ਮੈਂ ਨਹੀਂ ਲੈਂਦਾ, ਵੜਿੰਗ ਸਾਹਿਬ ਬੋਲਦੇ ਨੇ ਉਹ ਰੱਖ ਲੈ ਕਰਿਆ ਜੀ ਲਕਸ਼ਮੀ ਨਹੀਂ ਮੋੜੀ ਦੀ ਹੁੰਦੀ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਹੁਣ ਤੁਹਾਡੇ ਆਪ ਹੈ ਗੱਲ 'ਚ ਕਾਂਗਰਸ ਦਾ, ਅਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਮੈਂ ਤੁਹਾਡਾ ਗੱਲ ਕਰਨੀ ਹੈ। ਮੈਂ ਕਿਹਾ ਗੱਲ ਕੀ ਕਰਨੀ ਹੈ, ਗੱਲ ਆਪਾਂ ਆ ਕੇ ਕਰਾਂਗੇ, ਤੁਸੀਂ ਉੱਥੇ ਬੈਠੇ ਸੀ, ਆਪਾਂ ਲੇਟ ਹੈ, ਪਲੀਜ਼ ਆਪਾਂ ਚੱਲੀਏ। ਸੋ ਮੀਡੀਆ ਦੇ ਲੋਕ ਦੇਖਦੇ ਰਹੇ, ਤੁਸੀਂ ਦੇਖ ਰਹੇ, 50-60 ਬੰਦੇ ਹੋਰ ਦੇਖਦੇ ਰਹੇ, ਉਹਨੇ ਫਿਰ ਬੇਇੱਜ਼ਤ ਹੋ ਗਏ ਲੋਕਾਂ ਨੂੰ, ਕਿਹਾ ਕਿ ਨਹੀਂ ਬਾਹਰ ਚਲੋ ਬਾਹਰ ਚਲੋ ਮੈਂ ਗੱਲ ਕਰਨੀ ਹੈ। ਸੋ ਜਦੋਂ ਸਾਰੇ ਬਾਹਰ ਗਏ, 5-7 ਲੋਕ ਉੱਥੇ ਬੈਠੇ ਸਨ ਹੋਰ, ਮੇਰੇ ਖਿਆਲ ਪੰਗਤ ਰਾਮ ਬਾਂਸਲ ਜੀ, ਉਹਨਾਂ ਦੀ ਧਰਮ ਪਤਨੀ ਔਰ 3-4 ਹੋਰ ਲੋਕ ਸੀ ਜਿਹੜੇ ਅੰਦਰ ਸਨ। ਉਹ ਤੋਂ ਬਾਅਦ ਉਹ ਕਹਿੰਦਾ ਜੀ ਤੁਸੀਂ ਇਹ ਕਹਿ ਦਿਓ ਜਾ ਕੇ ਮੀਡੀਆ ਨੂੰ ਕਿ ਅਸੀਂ ਇੰਡਸਟਰੀ ਲੈ ਕੇ ਆਵਾਂਗੇ। ਮੈਂ ਕਿਹਾ ਜੀ ਇੰਡਸਟਰੀ ਬਿਲਕੁਲ ਲੈ ਕੇ ਆਵਾਂ। ਉਹ ਕਹਿੰਦੇ ਜੀ ਮੇਰਾ ਇਹੀ ਮੰਗ ਹੈ, ਇੰਡਸਟਰੀ ਬਿਲਕੁਲ ਲੈ ਕੇ ਆਵਾਂਗੇ। ਇਨ ਬਿਟਵੀਨ ਉਹਨੇ ਆਪਦੀ ਜੋ ਜੇਬ 'ਚੋਂ ਪੈਸੇ ਕੱਢੇ, ਪਤਾ ਨਹੀਂ ਉਹ ਕਿੰਨੇ ਪੈਸੇ ਸੀ, ਸੋ ਕਹਿਣ ਲੱਗਿਆ ਕਿ ਲਓ ਜੀ ਆਹ ਫੜੋ ਆਹ ਫੜੋ। ਮੈਂ ਸੋਚਿਆ ਕਿ ਸ਼ਾਇਦ ਆਪਾਂ ਨੂੰ ਚੰਦਾ ਦੇਣ ਦੀ ਗੱਲ ਕਰ ਰਹੇ ਹੈ, ਸੋ ਮੈਂ ਉਹਨੂੰ ਆਖਿਆ ਕਿ ਨਹੀਂ ਬ੍ਰਦਰ ਮੈਂ ਚੰਦਾ ਨਹੀਂ ਲੈ ਸਕਦਾ, ਜਾਂ ਐਸੀ ਕੋਈ ਗੱਲ ਨਹੀਂ, ਤੂੰ ਯਾਰ ਹੱਦ ਕਰਦਾ।